ਵੀਰੋ ਅੱਜ ਫਿਰ ਇੱਕ ਨਵੀਂ ਬੂਟੀ ਜੰਗਲੀ ਮਤਲਬ ਘਾਹ ਜਿਹਾ ਲੈ ਕੇ ਆਏ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਪਹਿਲੀ ਵੀਡੀਓ 'ਚ ਕਿ ਇਹ ਵੀਡੀਓ ਬਣਾਵਾਂਗੇ। ਆਹ ਤੁਹਾਨੂੰ ਦਿਖਾਈ ਸੀ ਇਹਦੀ ਤਸਵੀਰ। ਆਹ ਇੱਕ ਪੌਦਾ ਜੰਗਲੀ ਜਿਹਾ ਪੌਦਾ ਘਾਹ ਫੂਸ ਜਿਹਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਬੇਕਾਰ ਜਿਵੇਂ ਮੰਨ ਲੈਂਦੇ ਹਾਂ। ਇਹ ਜਿਹੜਾ ਪੌਦਾ ਸੜਕਾਂ ਦੇ ਕਿਨਾਰਿਆਂ 'ਤੇ ਜਾਂ ਵਿਹਲੀ ਪਈ ਜ਼ਮੀਨ 'ਚ ਉੱਗਦਾ, ਇਹਦਾ ਕੱਦ ਜਿਹੜਾ ਹੈ 3 ਫੁੱਟ ਤੋਂ ਲੈ ਕੇ 6-7 ਫੁੱਟ ਤੱਕ ਹੋ ਜਾਂਦਾ। ਇਹ ਆਮ ਤੁਸੀਂ ਦੇਖ ਸਕਦੇ ਹੋ, ਇਹਨੂੰ ਫਲ ਜੇ ਇੱਦਾਂ ਦੇ ਲੱਗਦੇ ਆ, ਨਰਮ ਨਰਮ ਜੇ ਇਹਦੇ ਫਲ ਆ ਜਿਹੜੇ ਨਾ ਸੌਫਟ ਜਿਹੇ ਹੁੰਦੇ ਆ ਜਦੋਂ ਹਰੇ ਹੁੰਦੇ ਆ। ਫਿਰ ਇਹ ਜਿਉਂ ਜਿਉਂ ਵੱਡਾ ਹੋਈ ਜਾਂਦਾ ਇਹਦੇ ਫਲ ਪੱਕੀ ਜਾਂਦੇ, ਇਹਦੇ ਫਲ ਸਖਤ ਹੋ ਜਾਂਦੇ ਆ। ਇਹਦੇ ਫਲ ਜਿਹੜੇ ਹੈ ਫਿਰ ਉਹ ਕੰਡੇਦਾਰ ਹੋ ਜਾਂਦੇ ਆ ਅਤੇ ਨਾਲ ਹੀ ਕੱਪੜਿਆਂ ਦੇ ਚਿੰਬੜ ਜਾਂਦੇ ਆ। ਆਹ ਤੁਸੀਂ ਦੇਖ ਸਕਦੇ ਹੋ, ਇਹਦੇ ਫਲ ਜਦੋਂ ਪੱਕ ਜਾਂਦੇ ਆ, ਸੁੱਕ ਜਾਂਦੇ ਆ, ਇੱਦਾਂ ਦੇ ਹੋ ਜਾਂਦੇ ਆ, ਬਰਾਊਨ ਜਿਹੇ ਹੋ ਜਾਂਦੇ ਆ। ਇਸ ਪੌਦੇ ਨੂੰ ਪੰਜਾਬ ਦੇ ਵਿੱਚ ਕੱਪੜਿਆਂ ਨਾਲ ਚਿੰਬੜ ਕਰਕੇ ਲਪੇਟੂ ਵੀ ਕਹਿ ਦਿੰਦੇ ਆ ਅਤੇ ਜੀਰੂ ਵੀ ਕਹਿ ਦਿੰਦੇ ਆ, ਜੀਰੂ ਗੋਖਰੂ ਵੀ ਕਈ ਇਹਨੂੰ ਕਹਿ ਦਿੰਦੇ ਆ। ਅਤੇ ਇਹਦਾ ਆਮ ਜਿਹੜਾ ਨਾਂ ਹੈ ਜਿਹੜੇ ਕਰਕੇ ਜਾਣਿਆ ਜਾਂਦਾ ਇਹਨੂੰ ਛੋਟਾ ਤਤੂਰਾ ਕਹਿੰਦੇ ਆ, ਛੋਟਾ। ਇਹ ਜ਼ਹਿਰੀਲਾ ਪੌਦਾ, ਇਸ ਕਰਕੇ ਇਹਨੂੰ ਪਸ਼ੂ ਨਹੀਂ ਖਾਂਦੇ, ਪੰਛੀ ਨਹੀਂ ਖਾਂਦੇ, ਇਹ ਇਸੇ ਤਰ੍ਹਾਂ ਰਹਿੰਦਾ। ਪਰ ਇਨਸਾਨ ਨੂੰ ਜੇ ਥੋੜ੍ਹੀ ਬਹੁਤੀ ਇਹਦੀ ਜਾਣਕਾਰੀ ਹੋਵੇ ਤਾਂ ਇਹਦਾ ਫਾਇਦਾ ਉਠਾਇਆ ਜਾ ਸਕਦਾ। ਇਸ ਪੌਦੇ ਦੇ ਜਿਹੜੇ ਆਹ ਪੱਤੇ ਆ ਨਰਮ ਨਰਮ ਇਸ ਤਰ੍ਹਾਂ ਦੇ ਪੱਤੇ ਆ, ਇਹ ਆਪਣੇ ਸਕਿਨ ਦੀ ਪ੍ਰੋਬਲਮ ਵਾਸਤੇ ਬਹੁਤ ਠੀਕ ਨੇ ਇਹ। ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਕਿਨ ਦੀ ਪ੍ਰੋਬਲਮ ਆ, ਇਹਨੂੰ ਰਗੜ ਕੇ, ਇਹਨੂੰ ਸਾਫ਼ ਕਰਕੇ ਰਗੜ ਕੇ ਬਰੀਕ ਕਰਕੇ ਇਹ ਸਕਿਨ 'ਤੇ ਲਾਏ ਜਾ ਸਕਦੇ ਆ। ਐਗਜ਼ੀਮਾ ਜਿਵੇਂ ਖੁਜਲੀ ਜਾਂ ਸਰਾਈਸਿਸ, ਹੋਰ ਇਸ ਤਰ੍ਹਾਂ ਦੇ ਜਿਹੜੇ ਚਮੜੀ ਦੇ ਰੋਗ ਆ, ਉਹ ਇਹਦੇ ਨਾਲ ਠੀਕ ਕੀਤੇ ਜਾ ਸਕਦੇ ਆ। ਬਾਕੀ ਵਾਲਾਂ ਦੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਵੀ ਇਹ ਕਾਫ਼ੀ ਹੱਦ ਤੱਕ ਸੋਲਵ ਕਰ ਦਿੰਦਾ। ਸਿਕਰੀ ਹੋਵੇ ਜਾਂ ਕਿਸੇ ਦੇ ਵਾਲ ਝੜਦੇ ਹੋਣ, ਗੰਜਾਪਣ ਆ ਗਿਆ ਹੋਵੇ ਜਾਂ ਵਾਲ ਬਹੁਤੇ ਹੀ ਚਿੱਟੇ ਹੋਵੇ ਹੋਣ, ਇਹਦਾ ਹਫ਼ਤੇ 'ਚ ਇੱਕ ਵਾਰ ਜਾਂ 2 ਵਾਰੀ ਤੁਸੀਂ ਪ੍ਰਯੋਗ ਕਰ ਸਕਦੇ ਹੋ, ਜਿਵੇਂ ਆਮ ਹੋਰ ਔਸਧੀਆਂ ਦਾ ਕਰਦੇ, ਸੈਂਪੂ ਕਰਦੇ ਆਪਾਂ। ਇਹਦੇ ਪੱਤਿਆਂ ਨੂੰ ਕੁੱਟ ਕੇ ਬਰੀਕ ਕਰਕੇ ਇਹਦੀ ਚਟਣੀ ਜੀ ਕਰਕੇ, ਜਿਵੇਂ ਆਪਾਂ ਵਾਲ ਕਾਲੇ ਕਰਨ ਵਾਸਤੇ ਸਿਰ ਦੇ ਵਿੱਚ ਮਹਿੰਦੀ ਮੂੰਹਦੀ ਲਾਉਂਦੇ ਹਾਂ ਅਤੇ ਬਾਅਦ 'ਚ ਸਿਰ ਧੋ ਲੈਂਦੇ ਹਾਂ, ਇਹਦੇ ਪੱਤਿਆਂ ਨੂੰ ਵੀ ਇਸੇ ਤਰ੍ਹਾਂ ਸਿਰ ਦੇ ਵਿੱਚ ਲਾਇਆ ਜਾ ਸਕਦਾ। ਸਿਰ ਦੇ ਵਿੱਚ ਇਹਦੇ ਪੱਤੇ ਲਾ ਕੇ 10-20 ਮਿੰਟ ਰੱਖਣ ਤੋਂ ਬਾਅਦ ਉਹਦੀ ਜਿਹੜੀ ਮਹਿੰਦੀ ਵਾਂਗੂ ਰਗੜ ਕੇ ਲਾ ਕੇ ਇਹਨੂੰ 10-20 ਮਿੰਟ ਰੱਖ ਕੇ ਫਿਰ ਆਪਾਂ ਸਿਰ ਧੋ ਸਕਦੇ ਹਾਂ। ਉਹਦੇ ਨਾਲ ਜਿਹੜੀਆਂ ਵਾਲਾਂ ਦੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਨੇ ਅਤੇ ਵਾਲ ਕਾਲੇ ਵੀ ਹੁੰਦੇ ਆ ਥੋੜ੍ਹੇ ਬਹੁਤੇ, ਅਤੇ ਜਿਹਦੇ ਵਾਲ ਝੜਦੇ ਆ, ਵਾਲ ਉੱਗਦੇ ਨਹੀਂ, ਉਹ ਵਾਲ ਉੱਗਣ ਲੱਗ ਜਾਂਦੇ ਆ। ਇਸ ਤਰ੍ਹਾਂ ਇਹ ਜ਼ਿਆਦਾ ਕਰਕੇ ਵਾਲਾਂ ਦੀਆਂ ਸਮੱਸਿਆਵਾਂ ਵਾਸਤੇ ਜਿਹੜੇ ਵੈਦ ਲੋਕ ਆ ਉਹ ਦੱਸ ਦਿੰਦੇ ਆ। ਪਰ ਇਹਨੂੰ ਸਾਵਧਾਨੀ ਦੇ ਨਾਲ ਵਰਤਣਾ ਪੈਂਦਾ, ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਜ਼ਹਿਰੀਲਾ ਪੌਦਾ, ਇਹ ਜਾਣਕਾਰੀ ਵਾਸਤੇ ਹੈ ਤੁਹਾਡੀ ਵਾਸਤੇ। ਪਰ ਇਹਨੂੰ ਵਰਤਣਾ ਆਪਾਂ ਕਿਸੇ ਦੀ ਸਲਾਹ ਨਾਲ, ਜੇ ਤੁਸੀਂ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਰੱਖਦੇ ਤਾਂ ਜਿਹਨੂੰ ਇਹਦੀ ਜਾਣਕਾਰੀ ਆ ਉਹਦੀ ਸਲਾਹ ਨਾਲ ਤੁਸੀਂ ਇਹਨੂੰ ਵਰਤਣਾ। ਆਹ ਜਿਹੜੇ ਬੀਜ ਆ ਇਹਨਾਂ ਨੂੰ ਬਰੀਕ ਕਰਕੇ ਜਮਾਂ ਹੀ, ਅਤੇ ਆਹ ਜਿਹੜੇ ਪੱਤੇ ਆ ਆਹ ਵਿੱਚ ਰਲਾ ਕੇ, ਇਹ ਦੋਨੇ ਵੀ ਤੁਸੀਂ ਕਿੱਲ ਮੁਹਾਸਿਆਂ 'ਤੇ ਜਿਹੜੇ ਫੁੰਸੀਆਂ ਨੇ ਉਹਨਾਂ 'ਤੇ ਲਾ ਸਕਦੇ ਹੋ। ਉਹਨਾਂ ਨੂੰ ਇਹ ਬਹੁਤ ਜਲਦੀ ਠੀਕ ਕਰ ਦਿੰਦੇ ਆ। ਜਾਂ ਕਿਸੇ ਦਾ ਪੁਰਾਣਾ ਜ਼ਖਮ ਆ ਜਿਹੜਾ ਕਿਸੇ ਦਾ ਪੈਰ ਪੂਰ 'ਤੇ ਹੋ ਜਾਂਦਾ, ਕਈਆਂ ਨੂੰ ਦੇਖਿਆ ਮੈਂ ਪੱਟੀਆਂ ਕਰੀ ਜਾਂਦੇ 20-20 ਸਾਲ ਹੋ ਗਏ ਉਵੇਂ ਹੀ ਆ ਜ਼ਖਮ, ਉਹਨੂੰ ਨਸੂਰ ਕਹਿ ਦਿੰਦੇ ਆ। ਉਹਦੇ 'ਤੇ ਜੇ ਇਹਦਾ ਲੇਪ ਕਰਦੀ ਏ ਉਹ ਅਸਾਧ ਰੋਗ ਨੂੰ ਵੀ ਇਹ ਠੀਕ ਕਰ ਦਿੰਦਾ। ਮਤਲਬ ਆਹ ਚੀਜ਼ ਬੀਜ ਇਹਦਾ ਹਰਾ ਹਰਾ ਜਾ ਅਤੇ ਆਹ ਪੱਤੇ ਦੋਨਾਂ ਨੂੰ ਇੰਨਾ ਮਹੀਨ ਕਰ ਲੈਣਾ ਰਗੜ ਰਗੜ ਕੇ ਕਿ ਇਹ ਲਾਇਆ ਜਾ ਸਕੇ। ਇਹਦੇ ਜਿਹੜੇ ਹਰੇ ਹਰੇ ਦੇ ਕੰਡੇ ਜੇ ਵੀ ਨਰਮ ਹੁੰਦੇ ਚੁੱਭਦੇ ਨਹੀਂ, ਪਰ ਜਦੋਂ ਇਹ ਸੁੱਕ ਜਾਂਦਾ ਜਾਂ ਪੱਕ ਜਾਂਦੇ ਇਹਦੇ ਬੀਜ, ਜਿਵੇਂ ਆਹ ਦੇਖੋ ਇਹ ਆ, ਫਿਰ ਇਹ ਕੱਪੜਿਆਂ ਨੂੰ ਵੀ ਲਿਪਟਦਾ ਅਤੇ ਇਹਦੇ ਜਿਹੜੇ ਬੀਜ ਆ ਇਹ ਚੁੱਭਦੇ ਵੀ ਆ, ਕੰਡੇਦਾਰ ਹੁੰਦੇ ਆ।
इस तरह यह मतलब अपनी जी चमड़ी की स्किन की तो बालों की समस्या ठीक कर दिता। ये ताकतवर्धक के तौर पर भी ताकतवर्धक के तौर पर शरीरक जो कमजोरी होंगी है जो फिर कई मूत्र विकार जिमें मतलब कह देंगे जो पेशाब संबंधी रोग भी किसी पेशाब के जल आना ज पेशाब रुक रुक के आना ज फिर बहुता पेशाब आना बहुमूत्रता कह देंगे उन्होंने उहदे वास्ते भी इहदे पंजो चीज़ां आ डंडी भी पत्ते भी जड़ आ फुल फल ये पंज थोड़ा थोड़ा लैके उन्होंने कुट के उहदा फिर जिहड़ा पानी रला के जूस बना के उहनूं आपां 10-15 ml उहदा जूस लै सकते हैं। इहदा बेहिंता मतलब ज़्यादा इस्तेमाल नहीं कर सकते आपां ज़्यादा इस्तेमाल करन नाल ये नुकसान कर सकता ये बहुत थोड़ी मात्रा च लेना तो डाक्टरी सलाह दे नाल लेना डाक्टरी सलाह तो बिना इहदा इस्तेमाल नहीं करना हैगा डाक्टरी सलाह नाल आपां इहदा इस्तेमाल कर सकते हैं। इहदे बारे मुढ़ली जानकारी सीगी तो थोनों जे होर बहुती जानकारी की लोड़ है तो फिर अपना मतलब आप किसी डाक्टर तो जिहड़ा ये संबंधी जंगली बूटियां बारे जो ज्ञान रखता हो सलाह ली जा सकती है। ये आम जीवन के अपने मलेरिया बुखार वास्ते भी ये पंजा जोड़े है जोड़े पंज तत् ने उन्हों बारे यदी उन्होंने कुट के वह जूस बना के जिमें मैं थोड़ा दसिया 5-10 ml लिया जा सकता हरेक तरह के बुखार च ये काम करता मलेरिया च बहुता करता यह सोज लाने वास्ते भी जिमें मैं थोनों रिंड के बारे दसिया सोज लाने वास्ते भी यदा जोड़ा लेप आ बहुत ज़्यादा कामयाब है। इन्नी की गल नाल वीरो समाप्ति वाल चलते आ वीडियो जो पसंद आई लाइक कर दौ शेयर कर लियो सबसक्राइब कर लो कमेंट जरूर करो वीर किमें लगी आ। वाहगुरु जी का खालसा वाहगुरु जी की फतेह सत श्री अकाल वीरो।